ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਅਸਲਾਮ ਅਲੈਕੁਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਜਾਵੇਦ ਤੇ ਤੁਸੀਂ ਦੇਖਦੇ ਪਏ ਜੋ ਤੁਹਾਡਾ ਦੇਸ਼ ਪੰਜਾਬ ਟੀਵੀ ਯੂਟਿਊਬ ਚੈਨਲ ਆਪਣੇ ਵੀਰਾਂ ਤੇ ਭਰਾਵਾਂ ਤੇ ਦੋਸਤਾਂ ਲਈ ਮਿਹਨਤ ਕਾਫਸ਼ਾ ਕਰਕੇ ਖੂਬਸੂਰਤ ਔਰ ਲਾਜਵਾਬ ਵੀਡੀਓ ਲੈ ਕੇ ਹਾਜ਼ਰ ਹੁੰਦੇ ਹਾਂ। ਉਮੀਦ ਕਰਨਾ ਕਿ ਇਨਸ਼ਾਅੱਲਾ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਏਗੀ, ਲਾਈਕ ਵੀ ਕਰੋਗੇ, ਸ਼ੇਅਰ ਵੀ ਕਰੋਗੇ, ਕਮੈਂਟ ਵੀ ਕਰੋਗੇ ਔਰ ਤੁਹਾਡਾ ਦੇਸ਼ ਪੰਜਾਬ ਨੂੰ ਟੀਵੀ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋਗੇ। ਜਿਹੜੇ ਮੇਰੇ ਵੀਰ ਭਰਾ ਦੋਸਤ ਕਹਿੰਦੇ ਨੇ ਕਿ ਚੋਲਸਤਾਨੀ ਕ੍ਰਾਸ ਜੁਵੇਦ ਬਾਈ ਹੋਵੇ, ਥਣ ਚੰਗਾ ਹੋਵੇ, ਮੱਝ ਵਾਲਾ ਅਤੇ ਜਾਨਵਰ ਵੀ ਪੂਰਾ ਸੀਲ ਸਾਊ ਹੋਵੇ ਅਤੇ ਰੇਟ ਵੀ ਮਕੂਲ ਹੋਵੇ, ਉਹ ਸਾਰੀਆਂ ਗੱਲਾਂ ਅੱਲਾ ਦੇ ਹੁਕਮ ਨਾਲ ਅੱਜ ਦੀ ਵੀਡੀਓ ਦੇ ਵਿੱਚ ਮੌਜੂਦ ਨੇ। ਮੇਰੇ ਵੀਰਾਂ ਅਤੇ ਭਰਾਵਾਂ ਦੋਸਤਾਂ ਨੂੰ ਦਿਖਾ ਦਈਏ, ਗਰਮੀ ਦੀ ਮੇਰੇ ਵੀਰਾਂ ਨੂੰ ਪਤਾ ਸ਼ਹਿਜ਼ਾਦੀ ਗਾਂ ਹੁੰਦੀ ਹੈ, ਗਰਮੀ ਸਰਦੀ ਦੀ ਦੋਵੇਂ ਮੌਸਮਾਂ ਦੀ ਸ਼ਹਿਜ਼ਾਦੀ ਹੁੰਦੀ ਹੈ। ਚੋਲਸਤਾਨੀ ਫਰੀਜ਼ਨ ਦਾ ਕ੍ਰਾਸ ਹੈ, ਪੋਡਾ ਪੋਡਾ ਸਿੰਘ ਹੈ ਧੋਨੀਆਂ ਤਰ੍ਹਾਂ, ਮਗਰ ਦੋਸਤੋ ਵੱਛਾ ਥਣ ਚੰਗਾ ਪਾਵਰ ਵਾਲਾ ਲੱਗਿਆ ਗਾਂ ਨੂੰ, ਗਾਂ ਦਾ ਧੁੰਨ ਵੇਖਦੇ ਪਏ ਨੇ, ਮਾਸ਼ਾਅੱਲਾ ਪੂਰਾ ਗਿੱਠਦਾ, ਪੂਰੀਆਂ ਤਸੱਲੀਆਂ ਕਰਾਉਂਦਾ ਪਿਆ। ਬਾਕੀ ਲੈਣੇ ਦੇ ਨੇ ਮੁਕੱਦਰ ਨੇ, ਸੌਦੇ ਦੋਸਤੋ ਨਸੀਬਾਂ ਦੇ ਨੇ, ਵਹਿਣ ਨੂੰ ਮੇਰੇ ਵੀਰਾਂ ਨੇ ਪੂਰਾ ਤੱਕਣਾ, ਵੇਖਣਾ, ਉਸ ਤੋਂ ਬਾਅਦ ਬਾਕੀ ਦੀ ਜਿਹੜੀ ਗੱਲ ਹੈ ਕਰਨੀ ਹੈ। ਜਨਾਬ ਮੇਰੇ ਵੀਰਾਂ ਨੇ ਦੂਸਰੇ ਨੰਬਰ 'ਤੇ ਪਹਿਲੇ ਨੰਬਰ 'ਤੇ ਟੋਰ ਕੇ ਵੀ ਵਿਖਾਓ ਪਾਈ ਜਾਣ ਔਰ ਮੇਰੇ ਵੀਰਾਂ ਟੁਰਨ ਫਿਰਨ ਵੀ ਦਿਖਾ ਦੇ, ਇਹਦੇ ਮਗਰ ਦੋਸਤੋ ਬੱਚਾ ਹੈ ਔਰ ਬੱਚੇ ਦਾ ਨਾੜੂਆ ਵੀ ਦਿਸਦਾ ਪਿਆ ਮੇਰੇ ਵੀਰਾਂ, ਮਾਸ਼ਾਅੱਲਾ ਬੜੀ ਕਮਾਲ ਦੀ ਮਾਸ਼ਾਅੱਲਾ ਬਰੀਡ ਦੇ ਵਿੱਚ ਵੈਣ ਸਾਫ਼ ਸੁਥਰੀ। ਬਾਕੀ ਲੈਣੇ ਦੇ ਨੇ ਮੁਕੱਦਰ ਨੇ, ਸੌਦੇ ਦੋਸਤੋ ਨਸੀਬਾਂ ਦੇ ਨੇ, ਜਿੱਥੇ ਦਾਣਾ ਪਾਣੀ ਹੈ ਇਹਨੇ ਜਾਣਾ ਉੱਥੇ, ਪੂਰੀ ਮਾਸ਼ਾਅੱਲਾ ਡਬਲ ਸਿੱਕੇ ਦੇ ਵਿੱਚ ਮੌਜੂਦ ਹੈ ਗਾਏ, ਗਰਮੀ ਸਰਦੀ ਦੀ ਸ਼ਹਿਜ਼ਾਦੀ ਚੋਲਸਤਾਨੀ ਰੋਈ ਦੀ ਗਾਂ ਔਰ ਥਣ ਪੂਰੇ ਮੁੱਠ ਮੁੱਠ ਦਾ, ਰੋਗ ਰੋਗ ਦਾ, ਸਾਫ਼ ਸੁਥਰੀ ਮਾਸ਼ਾਅੱਲਾ ਥੱਬੇ ਦਾ ਆਰਡਰ ਕੁਆਲਿਟੀ ਜਿਹਨੂੰ ਕਹਿੰਦੇ ਨੇ ਉਹ ਗਾਂ ਦੇ ਕੋਲ ਮੌਜੂਦ ਹੈ ਔਰ ਖਾਲਸ ਦੁੱਧ ਵਾਲਾ ਗਾਂ ਹੈ ਦੋਸਤੋ। ਜਿਹੜਾ ਮੇਰਾ ਵੀਰ ਲੈ ਗਿਆ, ਅੱਲਾਹ ਦੇ ਹੁਕਮਨਾ ਮੱਝ ਭਰਾਂ ਦੁੱਧ ਸਫੈਦ ਹੋਏਗਾ ਔਰ ਦੋ ਮੱਝਾਂ ਜਿੰਨਾ ਇਕੱਲੀ ਵੈਣ ਦੁੱਧ ਦੇਗੇ ਇਨਸ਼ਾਅੱਲਾ ਤਾਲਾ। ਮੇਰੇ ਵੀਰਾਂ ਨੇ ਆਰਡਰ ਕੁਆਲਿਟੀ ਵੀ ਦੇਖ ਲਿਆ ਗਾਂ ਦਾ, ਨਸਲੋ ਜ਼ਾਤੋਂ ਵੀ ਵੇਖ ਲਈਏ, ਹਰ ਗੱਲ ਦੀਆਂ ਤਸੱਲੀਆਂ ਕਰਾ ਦਿੱਤੀਆਂ ਨੇ, ਪਿੱਛੇ ਚੁਆਈ ਵਿਖਾ ਦਿਆਂਗੇ। ਦੂਸਰੇ ਨੰਬਰ 'ਤੇ ਆ ਗਈ ਜਨਾਬੇ ਦੀ, ਜਿਹੜੇ ਮੇਰੀ ਵੀਰ ਸਾਹੀਵਾਲ ਫਰੀਜ਼ਨ ਦੇ ਕ੍ਰਾਸ ਦੇ ਸ਼ੌਕੀਨ ਨੇ, ਇਹ ਉਹਨਾਂ ਵਾਸਤੇ ਸਾਹੀਵਾਲ ਜਨਾਬੇ ਦੀ ਫਰੀਜ਼ਨ ਕ੍ਰਾਸ ਗਾਂ ਮੇਰੇ ਵੀਰਾਂ ਭਰਾਵਾਂ ਦੋਸਤਾਂ ਦੀ ਨਜ਼ਰ ਦੇ ਸਾਹਮਣੇ ਤਸੱਲੀਆਂ ਕਰਾ ਰਹੇ ਹਾਂ। ਬਾਕੀ ਲੈਣੇ ਦੇਣੇ ਮੁਕੱਦਰ ਹੁੰਦੇ ਨੇ, ਸੌਦੇ ਦੋਸਤਾਂ ਨਸੀਬਾਂ ਦਿੰਦੇ ਨੇ, ਵੈੜ ਦਾ ਥਣ ਚੰਗਾ, ਵੈੜ ਦਾ ਮਾਸ਼ਾਅੱਲਾ ਰੰਗ ਢੰਗ ਚੰਗਾ, ਵੈੜ ਦਾ ਕੱਦ ਬੜਾ ਔਰ ਬੜੀ ਬਰੀਕ, ਪੂਰਾ ਰੁਗ ਰੁਗ ਦਾ ਮੁੱਠ ਮੁੱਠ ਦਾ ਥਣ ਹੈ ਮੇਰੇ ਵੀਰਾਂ ਦੇ ਸਾਹਮਣੇ, ਮਾਸ਼ਾਅੱਲਾ ਪੂਰੀਆਂ ਤਸੱਲੀਆਂ ਕਰਾਉਂਦੇ ਪਏ। ਬਾਕੀ ਲੈਣੇ ਦੇਣੇ ਮੁਕੱਦਰ, ਸੌਦੇ ਦੋਸਤਾਂ ਨਸੀਬਾਂ ਦੇ ਨੇ, ਹਮੇਸ਼ਾ ਦੱਸੀਦਾ ਆਪਣੇ ਵੀਰਾਂ ਨੂੰ ਔਰ ਅੱਜ ਵੀ ਦੱਸਦੇ ਪਏ ਹਾਂ, ਜਿੱਥੇ ਦਾ ਦਾਣਾ ਪਾਣੀ ਉੱਥੇ ਜਾਣਾ ਇਹਨੇ ਨਾ, ਪੂਰੀ ਮੇਰੇ ਵੀਰਾਂ ਨੇ ਵੈੜ ਵੇਖ ਲਈ ਤੁਰਨ ਫਿਰਨ ਤੋਂ ਲੈ ਕੇ, ਹਰ ਗੱਲ ਨੂੰ ਤਸੱਲੀਆਂ ਕਰਾ ਦਿੱਤੀਆਂ ਨੇ। ਮਗਰ ਇਹਦੇ ਬੱਚੀ ਹੈ ਨਾ ਜੀ, ਮਗਰ ਇਹਦੇ ਦੋਸਤੋ ਮਾਸ਼ਾਅੱਲਾ ਬੜੀ ਪਿਆਰੀ ਮੇਰੇ ਵੀਰਾਂ ਦੋਸਤਾਂ ਦੇ ਸਾਹਮਣੇ, ਲਓ ਜੀ ਬੱਚੇ ਲਓ ਭਈਆ। ਚਲਾਣੀ ਆਰ ਕਰਦੇ
ਸਾਰੀ ਗੱਲ ਮੇਰੇ ਵੀਰਾਂ ਦੇਖ ਲਈ ਜਨਾਬ ਮੇਰੇ ਵੀਰਾਂ ਭਰਾਵਾਂ ਦੋਸਤਾਂ ਸਾਹਮਣੇ ਸਾਰੀ ਗੱਲ ਮੇਰੇ ਵੀਰ ਤਸੱਲੀਆਂ ਕਰ ਲੈਣ ਮਾਸ਼ਾਅੱਲਾ ਸਾਫ਼ ਸੁਥਰੀ ਵੈਡ ਨਸਲੋ ਚੰਗੀ ਜ਼ਬਤੋਂ ਚੰਗੀਆਂ ਦੋਵੇਂ ਜ਼ਰਾ ਔਰ ਕੱਦ ਕਾਠ ਗਾਵਾਂ ਦੇ ਕੋਲ ਪੂਰੇ ਇਸ ਵੈਡ ਦੇ ਕੋਲ ਬੜਾ ਖੂਨ ਹੈ ਮੇਰੇ ਵੀਰਾਂ ਸਾਹਮਣੇ ਮਾਸ਼ਾਅੱਲਾ ਮੈਂ ਆਪਣੇ ਵੀਰਾਂ ਦੱਸਦਾ ਜਾਵਾਂ ਗਾਂ 'ਚ ਜਿਹੜੀ ਮਰਜ਼ੀ ਬਰੀਡ ਕਰ ਸਕਦੇ ਜਿਹੜੀ ਮਰਜ਼ੀ ਬਰੀਡ ਲੈ ਸਕਦਾ ਹਰ ਬਰੀਡ ਹਰ ਪ੍ਰਿੰਟ ਦਾ ਬੱਚਾ ਦੇ ਸਕਦੀ ਵੈਡ ਮਾਸ਼ਾਅੱਲਾ ਔਰ ਸਾਫ਼ ਸੁਥਰੀ ਪੇਟ ਦੀ ਬੜੀ ਵੈਡ ਹੈ ਔਰ ਮਾਸ਼ਾਅੱਲਾ ਖਾਣ ਵੀ ਗਾਂ ਕੋਲ ਚੰਗਾ ਪਰਲੀ ਵੈਡ ਵੀ ਬੜੀ ਮਾਸ਼ਾਅੱਲਾ ਕਮਾਲ ਦੀ ਗਵਾਲਣ ਹੈ ਦੋਵੇਂ ਗਵਾਲਣਾਂ ਨੇ ਦੁੱਧ ਵੀ ਗਾਵਾਂ ਕੋਲ ਮਾਸ਼ਾਅੱਲਾ ਢੇਰ ਢੇਰ ਹੈ ਅਤੇ ਰੇਟ ਜਿਹੜਾ ਬੜਾ ਮਕਬੂਲ ਹੋਣਾ ਹੈ ਪਿਆਰ ਅਤੇ ਮੁਹੱਬਤ ਅਤੇ ਚਾਹਤ ਵਾਲੇ ਹੋਣੇ ਨੇ ਹਰ ਚੀਜ਼ ਮੇਰੇ ਵੀਰਾਂ ਸਾਹਮਣੇ ਮਾਸ਼ਾਅੱਲਾ ਗਾਵਾਂ ਦੇ ਚੁਆ ਚੰਗੇ ਨਸਲੋਂ ਜ਼ਬਤ ਚੰਗੀਆਂ ਹਰ ਗੱਲ ਦੀਆਂ ਵੀਰਾਂ ਤਸੱਲੀਆਂ ਖਰਾਬ ਹੈ ਤਸੱਲੀਆਂ ਕਰ ਲੈਣ ਮੇਰੇ ਪਿਆਰ ਮਾਸ਼ਾਅੱਲਾ ਦੁੱਧ ਵੀ ਸਫੈਦ ਚਿੱਟਾ ਮੱਝਾਂ ਤਰ੍ਹਾਂ ਆਵੇਗਾ ਚੁਆ ਵੀ ਗਾਵਾਂ ਦੇ ਚੰਗੇ ਸੀਟਸ ਆ ਉਹ ਵੀ ਪੂਰੀਆਂ ਮੈਡਾ ਨਸਲੋ ਜ਼ਬਤੋਂ ਵੀ ਚੰਗੀਆਂ ਮਾਸ਼ਾਅੱਲਾ ਮਾਸ਼ਾਅੱਲਾ ਗਾਵਾਂ ਦੇ ਚੁਆ ਚੰਗੇ ਨਸਲ ਜ਼ਬਤ ਚੰਗੀਆਂ ਹਰ ਗੱਲ ਮਾਸ਼ਾਅੱਲਾ ਸੁਣਾ ਲਓ ਠੀਕ ਹੈ ਤਾਰਾਂ ਛੱਡਿਆ ਜੀ ਕੋਈ ਮੁੰਡਾ ਕਹਿੰਦਾ ਥਣ ਪਾਸ ਕਰਾਉਣੇ ਨੇ ਐਂਡ 'ਤੇ ਠੀਕ ਹੈ ਨਾ ਭਾਈ ਅਰਸ਼ਦ ਬੱਚੇ ਨਾ ਛੱਡਿਆ ਗੱਡੀਆਂ ਮਾਰ ਲਾਂਗੇ ਨਾ ਚਾਰ ਚਾਰ ਥਣਾਂ ਦੇ ਵਿੱਚ ਛੱਟ ਫਾਰਮ ਰੋਡ ਦਾ ਪਤਾ ਲੱਗ ਜਾਏ ਰਮਜ਼ਾਨ ਭਾਈ ਨਿਚੋੜ ਨਾ ਕਰ ਲਈ ਗਾਂ ਖਾਣ ਵੀ ਪਾਸ ਕਰਾਉਣੇ ਬੱਚੇ ਨੂੰ ਵੀ ਜਿੰਨਾ ਰੋਜ਼ ਛੱਡਣਾ ਉਨਾ ਛੱਡੀ ਬੱਚੇ ਦਾ ਮੇਰਾ ਪੁਰਾਣਾ ਮਾੜਾ ਚਲ ਮਾਸ਼ਾਅੱਲਾ ਮੇਰੇ ਵੀਰਾਂ ਸਾਹਮਣੇ ਆ ਗਏ ਜਨਾਬ ਮੇਰੀ ਪਰਲੀ ਲਾਲ ਗਾਂ ਦਾ
ਜਿਹੜੀ ਫਰੀਜ਼ੀਅਨ ਤੇ ਜਨਾਬ ਸਾਹੀਵਾਲ ਕ੍ਰਾਸ ਹੈ। ਅੱਛਾ ਮਗਰ ਦੁੱਧ ਦੀ ਤੇ ਕਣਾ ਮਗਰ ਦੁੱਧ ਚੱਕ ਫਿਰ ਉੱਠਣ ਲੱਗਾ ਡੋਲ ਦੇ ਮਾਸ਼ਾਅੱਲਾ ਬੜੀ ਖਰੀ ਵੈੜ ਹੈ, ਬੜੀ ਖਰੀ ਵੈੜ ਹੈ ਅੱਲਾ ਤਾਲਾ ਨਜ਼ਰ ਬਾਤੋਂ ਚ ਬੜੀ। ਮੇਰੇ ਵੀਰਾਂ ਸਾਹਮਣੇ ਹੈਗਾ ਦੋ ਜਨਾ ਦੁੱਧ ਵੇਖਣ ਮਾਸ਼ਾਅੱਲਾ ਕਿੰਨਾ ਸੰਘਣਾ ਸੰਘਣਾ ਬਿਲਕੁਲ ਸਫੈਦ ਚਿੱਟਾ ਮਾਸ਼ਾਅੱਲਾ ਗਾੜਾ ਦੁੱਧ ਹੈ। ਲਿਆਓ ਜੀ ਰੱਬ ਜਨਾਬ ਇੱਕ ਮਾਸ਼ਾਅੱਲਾ ਦੋ ਜਨਾਬ ਮਾਸ਼ਾਅੱਲਾ ਤਿੰਨ ਮਾਸ਼ਾਅੱਲਾ ਚਾਰ ਜਨਾਬ ਪੰਜ ਪੰਜ ਜਨਾਬ ਮਾਸ਼ਾਅੱਲਾ ਛੇ ਜਨਾਬ ਮਾਸ਼ਾਅੱਲਾ ਸੱਤ ਮਾਸ਼ਾਅੱਲਾ ਅੱਠ ਜਨਾਬ ਨੌ ਮਾਸ਼ਾਅੱਲਾ ਦਸ ਜਨਾਬ ਸਾਢੇ ਦਸ ਬੜੀ ਗਾਂ ਖਰੀ ਹੈ ਜਨਾਬ ਸਾਢੇ ਦਸ ਲੀਟਰ ਔਰ ਇਹ ਜਨਾਬ ਜਿਹੜੀ ਉਹ ਗਾਂ ਚੋਲਸਤਾਨੀ ਚਲੋ ਕੋਈ ਗੱਲ ਨਹੀਂ ਬੱਚੇ ਮਾਸ਼ਾਅੱਲਾ ਇਹ ਜਨਾਬ ਇੱਕ ਇਹ ਜਨਾਬ ਦੋ ਇਹ ਜਨਾਬ ਦੇਖਦੇ ਪੈਣ ਤਿੰਨ ਇਹ ਮੇਰੇ ਵੀਰ ਦੇਖ ਲੈਣ ਚਾਰ ਇਹ ਜਨਾਬ ਪੰਜ ਇਹ ਜਨਾਬ ਮਾਸ਼ਾਅੱਲਾ ਛੇ ਛੇ ਦੇ ਮੇਰੇ ਵੀਰਾਂ ਸਾਹਮਣੇ ਦੁੱਧ ਔਰ ਸੜੀਆਂ ਭਰਾ ਦਿੱਤੀਆਂ ਨੇ ਇਹਨਾਂ ਤਾਰਾ ਹਾਲੇ ਨਾ ਪੁੱਤਰ ਬੱਚੀ ਤਾਰਾ ਮਰਾਰ ਸ਼ਰ ਚਲੋ ਸਾਰਾ ਥਾਣਾ ਚ ਅਗੜੀ ਚੋ ਕੈਮਰਾ ਵਾਲਾ ਸਾਹਿਬ ਮੀਟਿੰਗ ਕਰ ਕਿੰਨਾ ਕਿੰਨਾ ਛੱਡਿਆ ਹੈ ਸਾਢੇ ਦਸ ਗੜਵੀਆਂ ਗਾਂ ਦੇ ਕੋਲ ਦੁੱਧ ਜਨਾਬ ਗਰਮ ਮਾਸ਼ਾਅੱਲਾ ਮੇਰੇ ਵੀ ਰਾਹ ਵੇਖਣ ਹੈ ਚੱਲ ਅਗਲੀ ਗਾਂ ਤੇ ਆ ਜਾ ਮਗਰ ਜਨਾਬ ਜਰਸੀ ਸਾਹੀਵਾਲ ਜਰਸੀ ਕ੍ਰਾਸ ਅੱਛੀ ਇਹ ਦੇ ਦੇ ਪੈਣ ਚੱਲ
ਅਗਲਾ ਚੋ ਉਸ ਅਗਲਾ ਚੋ ਇਹ ਚਾਰੋ ਥਾਣ ਮੇਰੇ ਵੀਰਾਂ ਸਾਹਮਣੇ ਆ ਗਏ ਨੇ। ਆ ਜਾਓ ਜੀ ਅਰਸ਼ਦ, ਇਹਦੇ ਕੋਲ 6 ਕਿਲੋ ਦੁੱਧ ਗਰਮ ਹੋਇਆ ਅਤੇ ਇਹਦੇ ਕੋਲ ਗਰਮ 10.5 ਕਿਲੋ ਹੈ। ਮੇਰੇ ਵੀਰਾਂ ਦੋਸਤਾਂ ਦੇਖ ਲੈ। ਅਸਲਾਮ ਵਾਲੇਕੁਮ ਅਰਸ਼ਦ ਭਾਈ। ਅਰਸ਼ਦ ਭਾਈ ਮਾਸ਼ਾਅੱਲਾ ਗਾਵਾਂ ਜਿਵੇਂ ਤੂੰ ਦੱਸੀਆਂ ਸਨ ਉਸੇ ਤਰੀਕੇ ਨਿਕਲੀਆਂ ਨੇ, ਅਤੇ ਮਾਸ਼ਾਅੱਲਾ ਗਾਂ ਕੋਲ ਆਪਾਂ ਇਹਦੇ ਕੋਲ ਜੋ ਹੈ 10.5 ਕਿਲੋ ਬੱਚੀ ਨੂੰ ਬੱਚੇ ਨੂੰ ਛੱਡਿਆ ਬੱਚਾ ਥੱਲੇ ਚੱਲ। ਅਤੇ ਭਾਈ ਜਾਨ ਇਸ ਗਾਂ ਦਾ ਸੂਆ ਕਿੰਨਾ? ਸੂਆ ਭਾਈ ਜੀ ਦੂਸਰਾ 10,000 ਪੱਟ ਕੇ ਦੇਖ ਲੈਂਦੀਆਂ ਭਾਵਰਾ ਮਾਸ਼ਾਅੱਲਾ ਨਾ ਜਿਹਦੇ ਭੈਣੇ ਕੰਨੀ ਵਾਲਾ ਦੰਦ ਆ ਲਿਓ ਉਵੇਂ ਖੜਾ। ਠੀਕ ਮੇਰੇ ਵੀਰਾਂ ਦੋਸਤਾਂ ਸਾਹਮਣੇ ਅਰਸ਼ਦ ਭਾਈ, ਗੱਲਾਂ ਕਰਨ ਨੂੰ ਤਾਂ ਸਾਰਾ ਜੱਗ ਕਰਦਾ ਫਿਰਦਾ, ਆਪਾਂ ਗੱਲਾਂ ਨਹੀਂ ਕਰਨੀਆਂ, ਆਪਾਂ ਦੇ ਪੱਕੀਆਂ ਜੇ ਗਾਂ ਦੇ ਮਾਲ ਗੱਲਾਂ ਕੀਤੀਆਂ ਹੀ ਨਹੀਂ ਕਰਨੀਆਂ। ਇਹ ਗਾਂ ਦਾ ਸੁਆ ਕਿੰਨਾ? ਇਹਦਾ ਦੂਸਰਾ ਉਹਦਾ ਵੜਦਾ ਪਹਿਲਾ, ਉਹਦਾ ਪਹਿਲਾ ਪਹਿਲਾ ਨੇ ਜੀ ਪਹਿਲਾ, ਇਹ ਦੂਜਾ ਨੇ ਜੀ। ਅਤੇ ਭਾਈ ਜਾਨ ਨੇ ਜਿਹੜੀ ਇਹ ਦੂਜਾ ਨੇ ਇਸ ਗਾਂ ਦਾ ਦੁੱਧ ਹੋਣਾ ਆਪਾਂ ਗਰਮ 10 ਲੀਟਰ 10.5 ਲੀਟਰ ਜਿਵੇਂ ਬਾਖਲ ਵੀ 18 ਲੀਟਰ ਜਿਹੜੇ ਮਰਜ਼ੀ ਦੇ ਰਹੇ ਆਵਾਜ਼ ਆ ਗੱਲਾਂ 18 ਲੀਟਰ ਦੀ ਆਪਣੀ ਆਵਾਜ਼। ਅਤੇ ਪਹਿਲੀ ਗਾਂ ਉਹਦਾ 12 ਨਾ ਉਹਦਾ 11 11 ਦੀ ਗਰੰਟੀ। ਠੀਕ ਹੋ ਗਿਆ। ਅਤੇ ਗਾਵਾਂ ਦੇ ਮੁੱਲ ਪੱਕੇ ਥਾਣ ਪਿੱਛਾ ਚੁੰਗਣ ਦੀਆਂ ਸੀਲਸ ਉਹ ਹਰ ਗੱਲਾਂ ਦੀ ਆਪਣੀ ਗਰੰਟੀ ਵੇਚ ਪਹਿਲੇ ਆਪਾਂ ਆਪਦੇ ਵਾਸਤੇ ਲੈਂਦੇ ਭਾਈ ਹੋ ਗਿਆ ਜੀ। ਹਾਂਜੀ ਉਹ ਪਹਿਲੇ ਆਪਾਂ ਆਪਦੇ ਵਾਸਤੇ ਲੈਂਦੇ ਹਾਂ ਕਾਂ ਖੜਕਾ ਤੇ ਫਿਰ ਵੀਰਾਂ ਵਾਸਤੇ ਫਿਰ ਵੀਰਾਂ ਦੇ ਪਹਿਲੇ ਆਪਦੇ ਵਾਸਤੇ ਲਈ ਪਹਿਲੇ ਆਪ ਪੈਸੇ ਭਰਨੇ ਫਿਰ ਵੀਰਾਂ ਦੇ ਪੁਰਾਣੇ ਨੇ। ਤੇ ਗੱਲ ਤੇਰੀ ਸਹੀ ਹੈ, ਉਹ ਫਿਰ ਖੜਕ ਵਜਾ ਕੇ ਲੈ ਚਾਹੀਦਾ, ਮਾਈ ਕੜਾ ਵੀ ਲੈਂਦੀ ਹੈ ਨਾ 50 ਰੁਪਏ ਦਾ, ਉਹ ਵੀ ਖੜਕਾ ਕੇ ਸੁਥਰਾ ਕਰਕੇ ਲੈਂਦੀ। ਹਰ ਗੱਲ ਮੇਰੇ ਵੀਰਾਂ ਨੇ ਵੇਚ ਲਈ, ਆਪਾਂ ਵੇਚ ਲਈ ਗਾਂ ਦਾ ਪੱਕਾ ਜਦੋਂ ਜੋੜੇ ਦਾ ਮੁੱਲ ਕਰਦੇ ਲੈਂਦਾ। ਆਪਾਂ ਮਕੂਲ ਜੀ ਰੋਜ਼ੀ ਹਮੇਸ਼ਾ ਤਾਂ ਅੱਗੇ ਵੀ ਤਰ੍ਹਾਂ ਵਿੱਚ ਹੁਣ ਵੀ ਮਕੂਲ ਜੀ ਅੱਲਾ ਦਾ ਕਮਰਾ ਕਰ ਮਕੂਲ। ਇਹ 2,40,000 ਦੀ ਹੈ, 2,40,000 ਜੀ ਤੇ ਉਹ 1,95,000 ਉਹ 1,95,000 ਆ ਮੁੱਲ ਨਹੀਂ ਆਪਾਂ ਕਦੀ ਅੱਗੇ ਵੀ ਕੀਤੇ ਤੇ ਨਾ ਅੱਲਾ ਦਾ ਕਮਰਾ ਤਾਂ ਹੀ ਤਾਂ ਹੋ ਗਿਆ। ਠੀਕ ਹੋ ਗਿਆ ਜਨਾਬ, ਇਸ ਗਾਂ ਦਾ ਚੋਲਸਤਾਨੀ ਜਿਹੜੀ ਰੇਟ ਦੇ ਵਿੱਚ ਮੇਰੇ ਵੀਰਾਂ ਦੇ ਸਾਹਮਣੇ ਡਬਲ ਸਿੱਕੇ ਦੇ ਵਿੱਚ ਔਰ ਪੋਡਾ ਪੋਡਾ ਸਿੰਘ ਕੋਨੀਆ ਤਰ੍ਹਾਂ ਦੂਜਣ ਵਹਿੜੇ ਮਗਰ ਇਹਦੇ ਵਿੱਚ ਥਣ ਚੰਗਾ ਗਾਣ ਲੱਗਿਆ ਹੈ। ਦੁੱਧ ਨੇ 10.5 ਕਿਲੋ ਗਰਮ ਕੀਤਾ ਹੈ, ਬਾਈ ਨੇ ਆਪਾਂ ਨੂੰ 18 ਲੀਟਰ ਦੀ 200 ਗਰੰਟੀ ਦਿੱਤੀ ਬੱਚਨ ਛੱਡ ਕੇ। ਪਹਿਲੀ ਗਾਂ ਦੇ ਮਗਰ ਵੱਛੀ ਹੈ, ਉਹਦਾ ਰੇਟ ਕਿੰਨਾ ਦੱਸਿਆ ਜੀ? 1,95,000 ਉਹਦਾ 1,95,000 ਜੀ। ਔਰ ਇਸ ਗਾਂ ਦਾ ਜਨਾਬਿਆਂ ਲਈ ਜਿਹੜਾ ਰੇਟ ਹੈ 2,40,000 ਮੇਰੇ ਵੀਰਾਂ ਸਾਹਮਣੇ ਆ ਗਿਆ। ਅੱਜ ਦੀ ਵੀਡੀਓ ਪਸੰਦ ਆਉਂਦੀ ਜਿਹੜਾ ਮੇਰਾ ਵੀਰ ਖਰੀਦਣਾ ਚਾਹੁੰਦਾ ਰਾਬਤਾ ਨੰਬਰ ਲਾ ਸਕਦਾ 0300 ਪੂਰਾ ਜੀ 510-4051 ਇਸੇ 'ਤੇ ਵਟਸਐਪ 200 ਇਸੇ ਤਰ੍ਹਾਂ ਰਾਬਤਾ ਨੰਬਰ। ਅੱਜ ਦੀ ਵੀਡੀਓ ਨਾਲ ਆਪਣੇ ਮੇਜ਼ਬਾਨ ਮੁਹੰਮਦ ਜਵੇਰ ਨੂੰ ਇਜਾਜ਼ਤ ਪਾਕਿਸਤਾਨ ਦੀ।